ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ ਅੱਜ ਦੀ ਸ਼ਾਮ ਜਿਹੜੀ ਹੈ ਮੈਂ ਉਹ ਸਾਗਰੀ ਦੇ ਵਿੱਚ ਆਇਆ ਹੋਇਆ ਵਾਂ, ਆਪਣੇ ਵੀਰ ਗੁਰਪ੍ਰੀਤ ਆਨੰਦ ਜੀ ਦੇ ਫੋਰ ਫਾਦਰ ਦਾ ਫੁੱਟਸਟੈਪਸ ਦੇਖ ਰਿਹਾ ਵਾਂ। ਇੱਥੋਂ ਹਾਰਡਲੀ ਸਿਰਫ 10 ਕਦਮ ਦੇ ਫਾਸਲੇ ਦੇ ਉੱਤੇ ਵੀਰ ਗੁਰਪ੍ਰੀਤ ਆਨੰਦ ਜੀ ਹੋਣਾ ਦਾ ਫੋਰ ਫਾਦਰਸ ਦੀਆਂ ਦੁਕਾਨ ਅਤੇ ਹੋਰ ਮਕਾਨ ਹੈ, ਜਿਹੜਾ ਕਿ ਮੈਂ ਥੋੜ੍ਹੀ ਦੇਰ ਪਹਿਲੇ ਦਿਖਾ ਚੁੱਕਿਆ। ਇਹ ਜਿਹੜੇ ਨਜ਼ਾਰੇ ਨੇ, ਇਹ ਪਿੰਡ ਨੇ, ਗੁਰਦੁਆਰੇ ਨੇ ਜਿਹਨੂੰ ਕਿ ਕਦੀ ਧਰਮਸ਼ਾਲਾ ਕਿਹਾ ਗਿਆ ਅਤੇ ਕਦੀ ਇਹਨੂੰ ਗੁਰਦੁਆਰਾ ਕਿਹਾ ਗਿਆ। ਬਹੁਤ ਅਰਸਾ ਤੱਕ ਇੱਥੇ ਪਹਿਲੇ ਜਿਹੜਾ ਉਹ ਇੱਕ ਡਿਸਪੈਂਸਰੀ ਚੱਲਦੀ ਰਹੀ ਇਸ ਜਗ੍ਹਾ ਦੇ ਉੱਤੇ, ਔਰ ਉਸਨੂੰ ਸਿੱਖ ਸੰਗਤ ਦੀ ਸਪੋਰਟ ਹੁੰਦੀ ਸੀ। ਫਿਰ ਉਸ ਤੋਂ ਬਾਅਦ ਗਵਰਨਮੈਂਟ ਆਫ ਪਾਕਿਸਤਾਨ ਨੇ ਖੁਦ ਕਰਾਉਣਾ ਸ਼ੁਰੂ ਕਰ ਦਿੱਤਾ, ਔਰ ਇਹ ਉਹ ਜਗ੍ਹਾ ਸੀ ਜਿਹੜਾ ਜਿਸਨੂੰ ਨਾਮ ਦਿੱਤਾ ਗਿਆ ਗੁਰਦੁਆਰੇ ਦਾ। ਇਸ ਦੀ ਕੁਛ ਟਹਿਲ ਸੇਵਾ ਕਰਵਾਈ ਹੈ। ਇਹ ਦੇਖੋ ਸ਼੍ਰੀਮਤੀ ਕੁਪਸਨੀ ਮਾਸਟਰ ਸਿਕੰਦਰ ਨੇ ਬਵੰਤ ਸਿੰਘ ਕੀ ਜਨਮ ਕੀ ਖੁਸ਼ੀ ਮੈਂ ਸੇਵਾ ਕਰਾਈ। ਯਾਨੀ ਕਿ ਕੋਈ ਵੀ ਅਗਰ ਸੇਵਾ ਕਰਾਉਂਦਾ ਸੀ ਤਾਂ ਉੱਤੇ ਜ਼ਰੂਰ ਲਿਖਦਾ ਸੀ ਕਿ ਮੈਂ ਕਿਸ ਦੀ ਯਾਦ 'ਚ ਸੇਵਾ ਕਰਵਾ ਰਿਹਾ ਵਾਂ। ਅੱਜ ਹੈ ਧਰਮਸ਼ਾਲਾ ਬਹੁਤ ਬੁਰੀ ਹਾਲਤ 'ਚ ਹੈ। ਇੱਥੇ ਇਹ ਹਾਲ ਤੱਕੋ ਖਿੱਤਾ ਪਟਵਾਰ ਦੇ ਬਾਕੀ ਗੁਰਦੁਆਰਿਆਂ ਦੀ ਤਰ੍ਹਾਂ, ਹਾਲ ਦੀ ਤਰ੍ਹਾਂ ਇਸਦਾ ਪੂਰੀ ਛੱਤ ਦੇ ਵਿੱਚ ਸੁਰਾਖ, ਔਰ ਉਸੇ ਤਰ੍ਹਾਂ ਇਹ ਪਿੱਲਰ, ਔਰ ਪਿੱਲਰਸ ਦੇ ਉੱਤੇ ਇਹ ਦੇਖੋ ਬਲੈਕ ਐਂਡ ਵਾਈਟ ਮਾਰਬਲ ਦੇ ਨਾਲ ਜਿਹੜਾ ਕੀਤਾ ਹੋਇਆ ਕੰਮ, ਜਿਹੜਾ ਕਿ ਮੈਂ ਤੁਹਾਨੂੰ ਪਹਿਲੇ ਵੀ ਬਾਕੀ ਗੁਰਦੁਆਰਿਆਂ ਵਿੱਚ ਧਰਮਸ਼ਾਲਾ ਦੇ ਵਿੱਚ ਦਿਖਾਉਂਦਾ ਰਿਹਾ ਵਾਂ। ਇਹ ਸਾਗਰੀ ਦੇ ਵਿੱਚ ਜਦੋਂ ਕਿ ਇੱਥੇ ਸਿੱਖ ਰਾਜ ਗੁਜ਼ਰਿਆ, ਹਿੰਦੂ ਦੌਰ ਗੁਜ਼ਰਿਆ, ਔਰ ਉਸ ਤੋਂ ਬਾਅਦ ਦੇਖੋ ਸੰਤ ਸੰਤਾਲੀ ਆਇਆ, ਸੰਤ ਸੰਤਾਲੀ ਦੇ ਵਿੱਚ ਆ ਕੇ ਫਿਰ ਇਹ ਸਾਰਾ ਕੁਛ ਖਤਮ ਹੋ ਗਿਆ, ਔਰ ਇਹ ਜਗ੍ਹਾ ਅੱਜ ਵੀ ਉਸੇ ਤਰ੍ਹਾਂ ਪਈ ਹੈ। ਕਿਸੇ ਦਾ ਕਬਜ਼ਾ ਨਹੀਂ ਹੈ ਇੱਥੇ, ਕੋਈ ਕੁਛ ਵੀ ਨਹੀਂ ਹੈ ਇੱਥੇ, ਸਿਰਫ ਔਰ ਸਿਰਫ ਉਹ ਜਗ੍ਹਾ, ਉਸੇ ਤਰ੍ਹਾਂ ਉਹ ਸਥਾਨ, ਸਾਰਾ ਕੁਛ ਪਿਆ ਹੋਇਆ, ਲੇਕਿਨ ਇਹਨਾਂ ਨੂੰ ਆਬਾਦ ਕਰਨ ਵਾਲਾ ਕੋਈ ਨਹੀਂ ਹੈ। ਇਹ ਮੇਨ ਪਿੱਲਰ ਨੇ ਜਿਹੜੇ ਕਿ ਗੁਰਦੁਆਰੇ ਦੇ ਸਨ। ਇਹ ਬਹੁਤ ਸਮਾਲ ਸਿਟੀ ਸੀ, ਬਹੁਤ ਵੱਡਾ ਜਾਂ ਮਾਡਰਨ ਸਿਟੀ ਨਹੀਂ ਸੀ ਉਸ ਦੌਰ ਦਾ, ਇਸ ਲਈ ਇਹਦੀ ਗੁਰਦੁਆਰੇ ਦੀ ਉਹ ਨਹੀਂ ਸੀ ਸ਼ਕਲ ਸ਼ੇਪ ਜੋ ਬਾਕੀ ਗੁਰਦੁਆਰਿਆਂ ਦੀ ਹੈ। ਇਹ ਦੇਖੋ, ਇਹ ਮੈਂ ਤੁਹਾਨੂੰ ਕਲੋਜ਼ ਦਿਖਾ ਰਿਹਾ, ਇਹ ਸਕ੍ਰਿਪਟ ਲਿਖੇ ਹੋਏ ਨੇ ਗੁਰਮੁਖੀ ਦੇ, ਲੇਕਿਨ ਮੈਂ ਇਸ ਨੂੰ ਪੜ੍ਹ ਨਹੀਂ ਪਾ ਰਿਹਾ ਇਸ ਲਈ ਕਿ ਮੈਨੂੰ ਗੁਰਮੁਖੀ ਨਹੀਂ ਆਉਂਦੀ ਹੈ। ਇਸ ਇਹਦੇ ਉੱਤੇ ਸਭ ਤੋਂ ਉੱਤੇ ਇਕੋਨਕਾਰ ਲਿਖਿਆ ਹੋਇਆ, ਇਕੋਨਕਾਰ ਤੋਂ ਬਾਅਦ ਜਿਹੜੀ ਹੈ ਇਹ ਸਾਰੀ ਡਿਟੇਲਸ ਦਿੱਤੀ ਹੋਈ ਹੈ ਇਸ ਗੁਰਦੁਆਰੇ ਦੇ ਮੁਤਲਕ। ਇਹ ਫਲੋਰ ਬਲੈਕ ਐਂਡ ਵਾਈਟ ਮਾਰਬਲ ਟਾਈਲਸ ਦੇ ਨਾਲ, ਜਿਹੜਾ ਕਿ ਪਹਿਲੇ ਵੀ ਔਰ ਹੁਣ ਵੀ ਇਹੀ ਕੰਮ ਹੁੰਦਾ। ਇਹ ਦੇਖੋ, ਇਹ ਕੁਛ ਲਿਖਿਆ ਹੋਇਆ, ਇਹ ਕੌਣ ਕਾਰ ਦੇ ਥੋੜ੍ਹੇ ਥੋੜ੍ਹੇ ਨਿਸ਼ਾਨ ਮੈਨੂੰ ਕਿੱਧਰੋਂ ਕਿੱਧਰੋਂ ਨਜ਼ਰ ਆ ਰਹੇ ਨੇ। ਇਹ ਪ੍ਰਕਾਸ਼ ਸਥਾਨ ਹੈ, ਪ੍ਰਕਾਸ਼ ਸਥਾਨ ਬਿਲਕੁਲ ਅਲੋਪ ਹੋ ਚੁੱਕਿਆ ਕਿਉਂਕਿ ਕੋਈ ਸਿੱਖ ਸੰਗਤ ਜਾਂ ਕੋਈ ਇੱਥੇ ਵੀਰ ਆਬਾਦ ਨਹੀਂ ਹੈ, ਲਾਗੇ ਲਾਗੇ ਦਾ ਕੋਈ ਏਰੀਆ ਵੀ ਆਬਾਦ ਨਹੀਂ ਹੈ। ਇਹ ਬਾਕਿਆਤ ਨੇ ਪ੍ਰਕਾਸ਼ ਸਥਾਨ ਦੇ, ਪ੍ਰਕਾਸ਼ ਸਥਾਨ ਗੁਰਦੁਆਰਾ ਸਾਗਰੀ ਵੀਰ ਗੁਰਪ੍ਰੀਤ ਜੀ। ਇਹ ਦੇਖੋ, ਇਹ ਤੁਹਾਡੇ ਵੱਡਿਆਂ ਦੇ ਘਰ ਔਰ ਦੁਕਾਨ ਦੇ ਨਾਲ ਬਿਲਕੁਲ ਨਜ਼ਦੀਕ ਹੈ। ਇਹ ਉਹ ਜਗ੍ਹਾ ਹੈ ਜਿਹੜੀ ਕਿ ਮੈਂ ਤੁਹਾਡੇ ਨਾਲ ਅਕਸਰ ਜ਼ਿਕਰ ਕਰਨਾ ਵਾਂ। ਤਮਾਮ ਸਿੱਖ ਸਿੱਖਾਂ ਦੇ ਨਾਲ ਅਪੀਲ ਹੈ ਕਿ ਇਸ ਨੂੰ ਤੁਸੀਂ ਦੇਖੋ, ਇਸ ਬਾਰੇ ਕੁਛ ਸੋਚੋ। ਇਹ ਦੇਖੋ, ਬੜੇ ਵਾਜ਼ੇ ਤੌਰ ਦੇ ਉੱਤੇ ਇੱਕ ਓਨਕਾਰ, ਔਰ ਉਸ ਤੋਂ ਬਾਅਦ ਉਸਦੀ ਜੋ ਵੀ ਸੇਵਾ ਕਰਵਾਈ ਹੈ, ਉਰਦੂ ਵਿੱਚ ਕੁਛ ਲਿਖਿਆ ਨਜ਼ਰ ਆ ਰਿਹਾ, ਮੈਂ ਤੁਹਾਨੂੰ ਦਿਖਾਉਣਾ। ਇਹ ਲਿਖਿਆ ਹੋਇਆ 357 ਸੇਵਾ ਕਰਾਈ ਚੌਧਰੀ ਦੀਦਾਰ ਸਿੰਘ ਜੀ, ਸਾਗਰੀ ਲਈ ਆਪਣੇ ਪਿਤਾ ਚੌਧਰੀ ਗੰਡਾ ਸਿੰਘ ਜੀ ਕੀ ਯਾਦ ਮੈਂ। ਅੱਛਾ ਜੀ, ਗੰਡਾ ਸਿੰਘ ਮੱਲ, ਜੋਧਾ ਸਿੰਘ ਮੱਲ, ਇਸ ਤਰ੍ਹਾਂ ਦੇ ਨਾਮ ਬਹੁਤ ਪਿੰਡੀ ਦੇ ਵਿੱਚ ਜਿਹੜੇ ਨੇ ਬਹੁਤ ਜ਼ਿਆਦਾ ਸਾਰੇ ਮੈਂ ਪੜ੍ਹ ਚੁੱਕਿਆ ਔਰ ਦੇਖ ਚੁੱਕਿਆ। ਇਹ ਫਿਰ ਇਕੋਨਕਾਰ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਲੋਜ਼ ਕਰਕੇ ਕੁਝ ਦਿਖਾਉਣਾ ਵਾਂ ਥੋੜ੍ਹਾ ਜਿਹਾ। ਇਹ ਦੇਖੋ, ਇੱਕ ਓਨਕਾਰ ਤੋਂ ਬਾਅਦ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਕੀ ਲਿਖਿਆ ਹੋਇਆ, ਲੇਕਿਨ ਗੁਰਮੁਖੀ ਦੇ ਕੋਈ ਸਕ੍ਰਿਪਟ ਨੇ ਜਿਹਦੇ ਵਿੱਚ ਸੇਵਾ ਕਰਵਾਈ ਲਿਖੀ ਗਈ ਹੈ। ਸੇਵਾ ਕਰਵਾਈ ਲਿਖੀ ਗਈ ਹੈ ਕਿ ਵੀ ਕਿੰਨੇ ਕਿਤਨੇ ਪੈਸੇ ਦਾਨ ਕੀਤੇ ਸੀ ਇਸ ਗੁਰਦੁਆਰੇ ਵਾਸਤੇ। ਇੱਕ ਓਨਕਾਰ ਸਤਿਗੁਰ ਪ੍ਰਸਾਦ, ਔਰ ਉਸ ਤੋਂ ਬਾਅਦ ਫਿਰ ਆ ਗਿਆ
सेवा करवाई चौधरी दीदार सिंह मल सागरी ने अपनी। अगे नहीं, सला की याद में बस इतना मैं समझ आ रही है। एक कच्चियां कन्ना मिट्टी दियां कदी इतने बहुत अरूज सी, इतने बहुत ज़्यादा सारी संगत कट्ठी होंदी होएगी और बहुत कुछ एक्टिविटीज जिहड़ियां ने इतने होंदियां होणगियां। वीर जी, अगर इसकी ए बैक साइड तो दीवार तो मैं थोड़ा जिन्ना दसा तो इतों सिर्फ टोटली 20 कदम के उत्ते राम सिंह आनंद की जिहड़ी दुकान से, वो दुकान वो बाज़ार जिसका मैं पहले भी जिक्र कर चुकिया वहाँ कि भी वो थोड़े पुरखों ने बिलोंग कर दी है। मैं पूरे कागजात पूरिया सारिया चीज़ा जड़िया ने उसके मतलब सारा कुछ मैं थोन मैं दसिया। आज दी शाम सागरी दे नाम और गुरप्रीत आनंद जी दे नाम यह जगह जड़ी सी इतों काफ़ी देर तक एक डिस्पेंसरी जड़ी है वो चलती रही है और बिफोर पार्टीशन भी जगह देते डिस्पेंसरी मौजूद सी और आफ्टर दैन भी मौजूद सी। गुरुद्वारा एंड धर्मशाला सागरी प्रकाश स्थान जो कि बिल्कुल अवलप हो चुका है। ये वो स्थान ने जोड़े के बिल्कुल गैर आबाद हो चुके हैं जिथे कोई संगत ना होने के बावजूद लोग बेशक तोड़ फोड़ जरूर रहते हैं, डिगे जरूर ने, वक्त दे नाल ख़त्म जरूर हुए हैं। सब तो ज़्यादा जो 2005 दे विच जलजला आया उस वेले बहुत ज़्यादा सारा नुकसान होया इन जगह का, बरामदा सारा गिर गया, ए बने हुए साइड रूम सारे गिर गए। मैं थोड़ा अपना होस्ट बाबा जी, सेव हिस्टोरिकल प्लेसिस ऑफ द पाकिस्तान, सेव गुरुद्वारा एंड द टेंपल ऑफ द पाकिस्तान। आज दी शाम वीर गुरप्रीत आनंद जी दे नाम